ਅਸਲਾਮ ਅਲੈਕੁਮ ਅੱਛਾ ਜੀ, ਵੈਲਕਮ ਬੈਕ ਅਨਦਰ ਵਲੌਗ। ਕੀ ਹਾਲ ਚਾਲ ਨੇ, ਠੀਕ ਠਾਕ ਹੋ, ਕੈਸੇ ਹੈ ਆਪ? ਅੱਜ ਰੱਖੇ ਨੇ ਪਾਇਆ ਪੈਂਟ ਕੋਟ, ਇਹਨੇ ਪੈਂਟ ਕੋਟ ਵੀ ਪਾਇਆ ਤੇ ਘਰ ਬਹੁਤ ਵੀ ਪਾਇਆ ਪਾਇਆ। ਅੱਜ ਮੈਂ ਗਿਆ ਜੀ, ਵਾਹਵਾ ਦਿਨ ਹੋ ਗਏ ਨੇ ਵਲੌਗ ਨਹੀਂ ਸ਼ੂਟ ਕੀਤਾ, ਕਾਫੀ ਦਿਨ ਹੋ ਗਏ ਵਲੌਗ ਨਹੀਂ ਸ਼ੂਟ ਕੀਤਾ। ਉਰਦੂ ਮੈਂ ਬਾਤ ਕਰਤੇ ਹੈ ਆਪਕੇ ਸਾਥ, ਔਰ ਗਾਟਾ ਮਿੱਟੀ ਬਹੁਤ ਹੈ। ਰਾਜਾ ਬਸ ਆ ਗਈ ਸਾਡੇ ਪਿੰਡ ਰੋਡ ਤੇ, ਰਾਜਾ ਸਾਹਿਬ ਆਪ ਆ ਗਏ। ਉਹ ਤੇੜੀ ਹੋਵੇ, ਉਹ ਭੈ ਉਹ ਚਾਚਾ ਇੱਧਰ ਕਰ ਇਹਨੂੰ, ਉਹ ਤੇੜੀ ਖਿਆਲ ਉਹ ਇਹਨੇ ਪਿੰਡ ਕੋਲ ਤਬਾਹ ਕਰਨਾ ਹੀ ਜਿਹੜਾ ਇੱਧਰ ਖਲੋਇਆ ਇੱਧਰ ਮੂੰਹ ਕਰੀ ਕਹਾਂ ਲੈ ਆਏ ਹੋ ਮੁੰਜੇ ਯਾਰ, ਕਹਾਂ ਲੈ ਕੇ ਕਹਾਂ ਜਾ ਰਹੇ ਹੋ ਯਾਰ? ਹਮ ਗਲ ਜਾ ਰਹੇ ਹਾਂ, ਇਹ ਹਮਾਰਾ ਆਪਣਾ ਪਿੰਡ ਹੈ, ਪਿੰਡ ਕੋਲ ਕੀ ਪਾ ਰਿਹਾ ਤੂੰ ਮਾਮਾ? ਆਪਣੇ ਆਪ ਨੂੰ ਡਿਫੈਂਸ ਵਾਲਾ ਸਮਝਣ ਲੱਗ ਗਿਆ, ਅਸੀਂ ਉਹ ਹੀ ਆ ਹੁਣ। ਪਰ ਮੈਂ ਗੇੜੇ ਪਾਵਾਂ ਮੋਟਰਸਾਈਕਲ ਇੱਕ ਮਿੰਟ ਉਰਦੂ ਚ ਗੱਲ ਕਰੋ, ਮੋਬਾਈਲ ਨੀ ਬਣਨਾ। ਤੋ ਬਤਾਏ ਕਿਆ ਚਾਹਤੇ ਹੈਂ ਆਪ? ਚਾਹਤੇ ਕੁਛ ਨਹੀਂ ਹੈ, ਵੋ ਆਪ ਉਨਕੋ ਇੰਟਰਟੇਨਮੈਂਟ ਕਰੇ, ਆਪ ਉਨਕੋ ਦੱਸਾਂਗੇ ਮੈਂ ਕੱਪੜੇ ਕਿਉਂ ਪਾਏ ਨੇ ਅੱਜ ਨਵੇਂ। ਤੁਹਾਨੂੰ ਪਤਾ ਈਦ ਕੀ ਈਦ ਤੋਂ ਪਹਿਨੇ ਹੁੰਦੇ ਨੇ ਕੱਪੜੇ ਨੇ, ਥੋੜਾ ਸਾ ਨਾ ਹਮਨੇ ਸੋਚਾ ਵੀ ਅੱਜ ਵਲੌਗ ਸ਼ੂਟ ਕਰ ਲਏ। ਬਾਲੋ ਕੀ ਹਾਲ ਹੈ ਤੁਹਾਡਾ? ਠੀਕ ਠੀਕ ਲੱਗ ਰਿਹਾ। ਅੱਛਾ ਯਾਰ ਮੇਰੀ ਗੱਲ ਸੁਣ, ਹਮ ਕਿੱਧਰ ਜਾ ਰਹੇ ਹਾਂ? ਕਿੱਧਰ ਆਏ, ਕਹਾਂ ਸੇ ਆਏ, ਇਹ ਨਹੀਂ ਬਤਾਉਣਾ ਅਭੀ, ਕਹਾਂ ਸੇ ਆਏ ਪਤਾ ਹੀ ਨਹੀਂ। ਪੈਂਟ ਕੋਟ ਪਾਇਆ, ਗਰਮੀ ਇੰਨੀ ਹੈ ਨਾ, ਗਰਮੀ 'ਚ ਮੱਤ ਵੱਜ ਗਈ, ਮੇਰੀ ਬਾਹਰ ਆ ਗਈ ਆ। ਇੱਕ ਮਿੰਟ ਯਾਰ ਮਿਲਣਾ, ਉਹ ਕਰਲ ਪੈ ਗਈ ਇੱਕ ਦਫਾ ਫਿਰ ਅਸੀਂ ਆ ਗਏ ਆਪਣੇ ਕਹਾਂ ਜਾ ਰਹੇ ਹਮ ਕਹਾਂ ਜਾ ਰਹੇ ਹਮ ਹਮ ਤੂੰ ਮੈਂ ਕਿਹਾ ਪੈਂਟ ਕੋਟ ਪਾਇਆ ਤੇ ਫਰੀਏ ਡੁੜੀਏ ਖੇਲਣੇ ਡੁੜਨੇ ਅੱਲਾ ਦਾ ਬੰਦੇ ਆ, ਜਾਣਾ ਕਿੱਥੇ ਦੇ ਤੇ ਆਪਣਾ ਨਹੀਂ ਕੋਈ ਤੋਂ ਕਹੀਂ ਤੋਂ ਕੁਛ ਹੋ ਗਿਆ ਹੀ ਨਾ ਜਾ ਰਹੇ ਹੋ ਕਿਆ ਹੋਣਾ ਕਹਾਂ ਹੈਂ ਕਹਾਂ ਕਿਆ ਹੋਗਾ ਨਜ਼ਰ ਨਹੀਂ ਆ ਰਿਹਾ ਫਿਰ ਇਹ ਨਹੀਂ ਕਿਹਾ ਕਿ ਪੈਂਟ ਕੋਟ ਮੈਂ ਪਾਇਆ ਨਾ ਤੂੰ ਲਾਈ, ਮੈਂ ਇਸ ਤੋਂ ਪਾਈ ਆ ਨਾ ਗੱਲਾਂ ਤੇ ਬੰਦੇ ਪੂਰੀ ਬੜੀ ਸਾਰੀ ਦੌੜ ਤੇ ਅੱਖਾਂ 'ਚ ਪੈਂਦਾ ਨਾ ਮੱਛਰ ਬੜਾ ਪੈਂਦਾ ਅੱਖਾਂ 'ਚ, ਇਸ ਤੋਂ ਮੈਂ ਲਾਈ ਅਤੇ ਤੂੰ ਆਪਣਾ ਫਿਰ ਆਪ ਕੈਸੇ ਅਮੀਰ ਹੋਵੇ ਕੋਈ ਗੱਲ ਸੁਣਾ। ਪੈਂਟ ਕੋਟ ਪਹਿਲਾਂ ਤਾਂ ਸੁਬਾਹ ਦਾ ਚੌਧਰੀ ਜ਼ੈਨ ਕੈਸੇ ਹੋ? ਜ਼ੈਨ ਨੇ ਵੀ ਐਨਕ ਲਾਈ ਸਾਡੇ ਤਰ੍ਹਾਂ ਸਿੱਧਾ ਧਿਆਨ ਕੀਤਾ ਉਹਨੇ ਆਪਣਾ ਯਾਰ ਕਹਿ ਗੱਲਬਾਤ ਨਹੀਂ ਕੁਛ ਆ ਰਿਹਾ ਉਹ ਕੀ ਬੋਲਣ ਬਲੌਗ 'ਚ ਗਲੋਗ ਨਹੀਂ ਮਾਮਾ ਬਲੌਗ ਨਾ ਤੇ ਦੱਸ ਦੇਣਾ ਯਾਰ ਬਣਾ ਤੋਂ ਪਹਿਲੇ ਤੂੰ ਪੈਂਟ ਕੋਟ ਕਦ ਪਾਇਆ ਤੈਨੂੰ ਪਤਾ ਸੀ ਤੈਨੂੰ ਪਤਾ ਹੀ ਨਹੀਂ ਮੈਨੂੰ ਕੋਈ ਪਤਾ ਰਾਜ ਕੀ ਕੰਮ ਪੈ ਯਾਰ ਯਾਰ ਇੱਧਰ ਜੇ ਨਾ
ਆਪਣਾ ਅਸੀਂ ਗਏ ਸਾਂ ਕਿਤੇ ਕੰਮ ਤੇ ਉੱਥੇ ਆ ਕੇ ਬਹਿ ਗਏ ਜੀ ਕੱਟ ਕੇ ਹੋਵੇ ਗੱਡੀ ਦੇ ਉੱਥੇ ਇਹਨੇ ਦੱਸ ਕੋਈ ਸ਼ਹਿਰ ਛੱਡੀ ਹੈ ਇੱਥੇ ਸਾਨੂੰ ਮੈਂ ਹਰ ਸ਼ਹਿਰ ਖਿੱਚ ਗਿਆ ਇੱਥਿਆਂ ਦਾ ਤਸਵੀਰ ਖਿੱਚਣੀ ਹੈ ਲੱਗਿਆ ਜਾ ਰਿਹਾ ਦੱਸੋ ਉੱਧਰ ਹੀ ਬੰਦਾ ਕਹਿ ਰਿਹਾ ਥਾ ਕਿ ਮੈਂ ਕੋਈ ਸ਼ਹਿਰ ਨਹੀਂ ਛੱਡੂੰਗਾ ਅੱਗ ਲੱਗੀ ਪਈ ਸੜੀਆਂ ਪਈਆਂ ਨੇ ਚਲੋ ਜਵਾਰ ਵੀ ਉੱਚੀ ਉੱਚੀ ਹੁੰਦੇ ਫਿਰ ਤੈਨੂੰ ਫਿਰ ਹੋ ਜਾਂਦਾ ਫਿਰ ਤੇਰੀ ਓਏ ਬੰਦੇ ਵੱਲੋਂ ਸੇਕੇ ਵਾਲੀ ਤਸਵੀਰ ਲੱਗਣੀ ਸੀ ਫਿਰ ਤੇਰੀ ਮਤਲਬ ਕਹਿਣ ਦਾ ਮਤਲਬ ਵਹਿਮ ਹੈ ਨਾ ਸੇਕੇ ਵਾਲੀ ਤਸਵੀਰ ਟੰਡ ਨੂੰ ਹੱਥ ਪਾ ਖਲਾਉਂਦਾ ਤੇ ਫਿਰ ਗੱਲ ਹੋ A few moments later. ਤੂੰ ਅੱਗੋਂ ਹੁਣ ਮਾਮ ਆ ਗਏ ਆ ਗਏ ਤੁਸੀਂ ਕਿਉਂ ਆ ਗਏ ਆਮ ਪੱਕੇ ਹੈ ਆਪਕੋ ਪਤਾ ਨਹੀਂ ਵਲੋਗ ਸ਼ੂਟ ਕਰ ਰਹਾ ਹੂੰ ਤੋ ਫਿਰ ਆਪ ਬਾਰ ਬਾਰ ਆ ਗਏ ਆ ਜਾਤੇ ਹੈ ਦੇ ਉੱਤੇ ਵੀ ਅੰਬ ਝਾਕਦਾ ਮੈਂ ਕਿਹੜੇ ਪੈਂਟ ਕੋਲ ਲਾ ਲਈ ਦੱਸ ਦੇ ਰੱਖਿਆ ਕੀ ਹੋਇਆ ਪੈਂਟ ਕੋਲ ਲਾ ਲਈ ਮੈਂ ਘਰ ਲਾ ਕੇ ਆਉਂਦਾ ਲਾ ਲਈ ਘਰ ਲਾ ਕੇ ਆਉਂਦੇ ਕਿ ਦਾੜ ਲਾ ਕੇ ਆਉਂਦੇ ਜਿਹਨੇ ਕੋਲ ਲਿਆ ਦਾੜਾ ਉਹ ਵੀ ਆ ਰਿਹਾ ਲੈਣ ਵਾਸਤੇ ਤੂੰ ਮਾਮਾ ਕੱਪੜੇ ਬਾਹਰ ਹੋ ਗਿਆ ਲੱਗੇ ਟਾਈ ਵੀ ਲਾਈ ਨਾਲ ਮੈਂ ਧੂੜ ਵੇਖਿਆ ਕੁੱਤਿਆਂ ਦੀ ਰੇਸ ਸੀ ਨਾ ਫਿੜਾਂਗੇ ਫਿੜਾਂਗੇ ਪੈਂਟ ਕੋਲ ਪਾ ਕੇ ਹੈ ਟਾਈ ਨਹੀਂ ਪੂਰੇ ਤਿੰਨ ਲਾਏ ਨੇ ਅਲਾ ਕੋਲ ਲਾ ਕੇ ਮੈਨੂੰ ਉਹਨੂੰ ਬੁਲਾ ਇੱਥੇ ਐਨੀ ਕਰਕੇ ਰੱਦ ਪਾ ਕੇ ਕਲੋੜ ਹੈ ਸੜਕ ਦੇ ਵਿੱਚ ਘਰ ਮੈਨੂੰ ਕੁਝ ਨਹੀਂ ਨਜ਼ਰ ਆ ਰਿਹਾ ਕੁਝ ਨਜ਼ਰ ਨਹੀਂ ਆ ਰਿਹਾ ਤੇ ਐਨਕ ਦੇ ਲਾਭ ਨਹੀਂ ਐਸੇ ਤੇ ਆ ਉੱਧਰ ਸੂਲਾ ਜੇ ਉੱਧਰ ਸੂਲਾ ਹੀ ਪੈਂਦੇ ਆ ਸਹੀ ਨਹੀਂ ਬਲੌਗ ਸ਼ੂਟ ਕਰਦੇ ਕੁਛ ਨਜ਼ਰ ਆ ਰਹੀ ਹੁਣ ਨਜ਼ਰ ਆ ਰਹੀ ਆ ਸੜੀ ਕਣਕ ਜਾਂ ਮੂੰਜੀ ਹੈ ਦੇ ਮੂੰਜੀ ਕਿੱਥੋਂ ਆ ਗਈ ਮਾਮਾ ਅੱਜ ਦੇ ਦਿਨਾਂ ਦੇ ਵਿੱਚ ਯਾਰ ਸਭ ਤੋਂ ਪਹਿਲੀ ਬਾਤ ਸੁੱਤਾ ਉੱਠਿਆ ਸਭ ਤੋਂ ਪਹਿਲੀ ਬਾਤ ਭਾਈ ਸਾਹਿਬ ਲੋਕ ਬੰਦ ਕਰਨ ਕੁਛ ਆਵਾ ਆਗ ਲਿਆ ਨਾ ਮੈਂ ਯਾਰ ਉਰਦੂ ਚ ਗੱਲ ਕਰੋ ਪਹਿਲੇ ਸਭ ਨਾਲ ਠੀਕ ਹੈ ਰੱਖਿਆ ਚਲੋ ਉਰਦੂ ਚ ਗੱਲ ਕਰੋ ਆਪ ਸਭ ਤੋਂ ਪਹਿਲੇ ਆਪਣੀ ਅਮੀਰੀ ਕਾ ਰਾਜ਼ ਬਤਾਇਆ ਅਮੀਰ ਕੈਸੇ ਹੋ ਗਏ ਅਮੀਰ ਕਾ ਰਾਜ਼ ਯੇ ਹੈ ਭਾਈ ਜਾਨ ਕੇ ਹਮ ਗਰੀਬ ਹੈ ਹਰ ਕੋਈ ਮੇਰੀ ਬੋਲਦਾ ਨਹੀਂ ਨਹੀਂ ਆਪਨੇ ਪੈਂਟ ਕੋਟ ਅੱਜ ਪਹਿਨਿਆ ਤਾਂ ਕੈਸੇ ਅਮੀਰ ਹੋਏ ਆਪ ਬਸ ਜਸ ਜਸ ਡਾਲ ਦੇ ਵੇਚਣ ਨਹੀਂ ਨਿਕਲਿਆ ਕਿਤੇ ਮੋਢਿਆਂ ਦੇ ਰੱਖ ਕੇ ₹300 ਉਹ ਜਿਵੇਂ ਮੋਢੇ ਤੇ ਰੱਖਿਆ ਤੂੰ ਹਾਂਜੀ ਰੱਗਾ ਰੱਗਾ ਬਣਾ ਪਿੰਡ 'ਚ ਪੈਂਟ ਕੋਟ ਅੱਜ ਵੇਖ ਜੰਗਲ ਦਾ ਅੱਗੇ ਮੈਂ ਉੱਥੋਂ ਵਿਊ ਆਇਆ ਸੀ ਇੱਥੇ ਬਾਬੇ ਉਹ ਬੜਾ ਚਸਲਾ ਯਾਰ ਜਿੱਥੋਂ ਵਿਖਾ ਰਿਹਾ ਵਿਊ ਉੱਧਰ ਜਾਣਾ ਨਹੀਂ ਯਾਰ ਘੱਟਾ ਬੜਾ ਤੇ ਤੈਨੂੰ ਕੋਲ ਵੱਡਾ ਬੱਚਾ ਡਰ ਜਾਂਦਾ ਜਦੋਂ ਇਹਨਾਂ ਨੂੰ ਉੱਧਰ ਦਾ ਵਹਾਈਏ ਐਸੀ ਬਾਤ ਨਹੀਂ ਕਰਤੇ ਕੋਈ ਸ਼ੇਰ ਸ਼ੂਰ ਆ ਜਾਂਦਾ ਅੱਛਾ ਇਸ ਲਈ ਖੋਦ ਮਾਰ ਸਾਦ ਹੈ ਓਏ ਆਪ ਸ਼ੇਰ ਹੈ ਸ਼ੇਰ ਖੋਤੇ ਕੋ ਖਾ ਜਾਏਗਾ ਉਹ ਤੇਰੀ ਖੈਰ ਬਾਤ ਕੁੱਤਿਆਂ ਦੀ ਕਰਨਾ ਤੂੰ ਸ਼ੇਰ ਦੀ ਤੇ ਗੋਤੇ ਦੀ ਕਹਾਣੀ ਸੁਣੀ ਹੈ ਨਹੀਂ ਮੈਂ ਤੈਨੂੰ ਮੈਂ ਵਲੋਗ ਹੀ ਸੁਣਾ ਵੀ ਨਹੀਂ ਸਕਦਾ ਦੱਸ ਲੱਗੇ ਪਤਾ ਹੀ ਤੈਨੂੰ ਵੀ ਪਤਾ ਹੀ ਨਹੀਂ ਤੂੰ ਸੁਣੀ ਕਿ ਨਹੀਂ ਲਾਲ ਸਾਹਿਬ ਖੁੱਲ ਗਿਆ ਸੋ ਨਾਨ ਸ਼ਾਂ ਖਾਧਿਆ
ਛੋਟੇ ਬ੍ਰੇਕ ਲਾਣੀ ਠੰਡੀ ਹੋਵੇ ਉਰਦੂ ਮੇ ਬਾਤ ਕਰੋ ਉਰਦੂ ਮੇ ਬਤਾਓ ਇਧਰ ਆਏ ਵਿੱਚ ਤੂੰ ਮਾਮਾ ਉੱਥੇ ਕੁਛ ਸ਼ਾਇਦ ਛੱਡੀ ਜਿੱਥੇ ਸੀ ਗਏ ਸਾ ਤੂੰ ਉੱਥੇ ਕੁਛ ਸ਼ਾਇਦ ਛੱਡੀ ਸਾਰੀ ਪਲੇਟਾਂ ਚ ਪਾਈ ਗਿਆ ਮੈਂ ਕਿਹਾ ਦੱਸੋ ਸ਼ਾਹਰੁਖ ਖਾਨ ਆਪਣੇ ਨੂੰ ਸਟਾਈਲ ਮਾਰੇ ਇਹ ਅਮਰੀ ਸ਼ਾਹਰੁਖ ਖਾਨ ਹੀ ਮਾੜੀ ਮਾੜੀ ਠੰਡੀ ਫੁੱਲ ਯਾਰ ਤੇ ਉੱਥੋਂ ਫੜ ਗਏ ਨਾ ਤਿੰਨੇ ਬੋਤਲਾਂ thousand years later ਜੋ ਸ਼ੰਗ ਬੋਤਲ ਇਥੋਂ ਇਥੋਂ ਲੈ ਚਾਚਾ ਵਿੰਦਾ ਵੇਖ ਹਾਂ ਜੀ ਜਿਵੇਂ ਅਸੀਂ ਕੁਛ ਐ ਚੋ ਕੇ ਭੱਜ ਲੈ ਆ ਐਨੀ ਬਲਾਲ ਧਾਰ ਪੀਣ ਆਇਆ ਬੋਲ ਚਾਚਾ ਕੀ ਹੋਇਆ ਬਲਾਲ ਨੂੰ ਲੱਗੇ ਨਾ ਲੱਗਣ ਦੇ ਆਨੇ ਨੂੰ ਚੱਲ ਸਾਡੇ ਮੂੰਹ ਨੂੰ ਨਾ ਇਹਨੂੰ ਬੋਤਲਾਂ ਦੇ ਦੇ ਤੇ ਪੈਸੇ ਇਹਦੇ ਕੋਲ ਲੈ ਲਈ ਪੈਸੇ ਲੈ ਨਹੀਂ ਹੁਣ ਹੀ ਲਿਆ ਇਹ ਨਾ ਇਹਦੇ ਕੋਲ ਚੱਲ ਲੈ ਇਹਦੇ ਨੂੰ ਅੰਦਰ ਕਰ ਦੇ ਆ ਚੱਲ ਫਿਰ ਬੋਤਲ ਦਿਓ ਮੈਂ ਵੀ ਲਾਂ ਚਲਾ ਗਿਆ ਥੋੜੀ ਜਿਹੀ ਬਚੀ ਮੈਂ ਚਲੋ ਵਾਪਸੀ ਤੇ ਪੀੜੀ ਹੈ ਬਲਾਲ ਨੇ ਬੋਤਲ ਲੈ ਕੇ ਦਿੱਤੀ ਇਹ ਬਹਾਈਏ ਤੇ ਸਹੀ ਨਾ ਥੋੜੀ ਜਿਹੀ ਕੀ ਮਿੱਠੀ ਹੈ ਗਿੱਲੀ ਗਿੱਲੀ ਵੀ ਥੋੜੀ ਕਿੱਥੇ ਬੋਤਲ ਬਾਕੀ ਪੀ ਲਈ ਮਾਮਾ ਦੋ ਮਿੰਟ ਹੋਏ ਮੈਂ ਲਾਣ ਗਿਆ ਉਹਨਾਂ ਤੋਂ ਬੋਤਲ ਪੀ ਵੀ ਲਈ ਵੇਖਦਾ ਪਿਆ ਇਹਨਾਂ ਨੂੰ ਕੀ ਹੋ ਗਿਆ ਅੱਜ ਫੜਿਆ ਕੀ
ਚੰਗਾ ਯਾਰ ਓਕੇ ਫਿਰ ਮਜ਼ਾ ਆਇਆ ਇਹਦੇ ਵੀ ਲੋਕ 'ਚ ਬੜਾ ਸ਼ੁਕਰ ਲੱਗਿਆ ਬਹੁਤ ਹੀ ਹੈਪੀ ਬਣਿਆ ਅਤੇ ਜਿਹਨੇ ਜਿਹਨੇ ਹਜੇ ਤੱਕ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਲਾਈਕ ਨਹੀਂ ਕੀਤਾ ਸ਼ੇਅਰ ਨਹੀਂ ਕੀਤਾ ਸਭ ਨਾਲ ਪਹਿਲਾਂ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਅਤੇ ਬੈੱਲ ਆਈਕਨ ਦਾ ਬਟਨ ਦਬਾ ਦਿਓ ਤਾਂ ਕਿ ਹੋਰ ਆਉਣ ਵਾਲੇ ਵਲੋਗ ਤੁਹਾਡੇ ਤੱਕ ਬਹੁਤ ਸਾਰੀ ਪਹੁੰਚ ਸਕਣ ਅੱਜ ਦੇ ਵਲੋਗ ਮੈਂ ਹਮਨੇ ਉਰਦਨੀ ਬਾਤ ਕੀ ਹੈ ਔਰ ਰੱਖੇ ਨੇ ਪਾਈ ਪੈਂਟ ਕੋਟ ਨਾਲ ਬਹੁਤ ਵੀ ਪਾਇਆ ਸੀ ਇਹਨੇ ਅਸੀਂ ਗਏ ਸਾਂ ਯਾਰ ਅਸੀਂ ਨਾ ਗਏ ਹਾਂ ਵਿਆਹ ਇੱਕ 'ਤੇ ਅਤੇ ਦੋ ਤਿੰਨ ਦਿਨ ਤੋਂ ਵਿਆਹ ਹੀ ਚੱਲਦਾ ਪਿਆ ਸੀ ਜਿਹੜੀ ਵਜ੍ਹਾ ਤੋਂ ਮੈਂ ਵਲੋਗ ਨਹੀਂ ਬਣਾ ਸਕਿਆ ਕੋਈ ਅਤੇ ਸ਼ਾਦੀ 'ਤੇ ਮੈਂ ਮੁਨਾਸਿਬ ਹੀ ਸਮਝਿਆ ਵਲੋਗ ਬਣਾਉਣਾ ਕਾਫੀ ਜ਼ਿਆਦਾ ਮਹਿਮਾਨ ਵਗੈਰਾ ਆਏ ਉਹਨੇ ਆਏ ਗਏ ਫਿਰ ਬੰਦਾ ਅੱਛਾ ਨਹੀਂ ਲੱਗਦਾ ਥੋੜ੍ਹਾ ਜਿਹਾ ਨਾ ਬਣਾਵਾਂਗੇ ਆਪਣੀ ਸ਼ਾਦੀ 'ਤੇ ਜਾਂ ਰੱਖੇ ਦੀ ਸ਼ਾਦੀ 'ਤੇ ਕਿਹੜੀ 'ਤੇ ਹੋ ਗਈ ਮਾਮਾ ਮੁੰਡਾ ਦੇ ਰੇਬੇ ਨੇ ਕਿੱਦਾਂ ਪੜਿਆ ਮੁੰਡੇ ਦੀ ਸ਼ਾਦੀ ਅਤੇ ਹੋਰ ਫਿਰ ਬਣਾਵਾਂਗੇ ਸ਼ਾਦੀ ਸ਼ੂਦੀ 'ਤੇ ਨਾ ਅਤੇ ਠੀਕ ਹੈ ਵਲੋਗ ਦਾ ਕਰਨੇ ਇੱਥੇ ਹੀ ਐਂਡ ਇਨਸ਼ਾਅੱਲਾ ਮਿਲਦੇ ਹਾਂ ਅਗਲੇ ਵਲੋਗ ਦੇ ਨਾਲ ਜਲਦੀ ਅਤੇ ਆਹੋ ਜੋ ਪਹਿਲੇ ਤੁਹਾਨੂੰ ਕਿਹਾ ਉਹ ਕਰ ਦਿਓ ਓਕੇ ਬਾਏ ਬਾਏ।